ਫਿਰਨ ਦੇ ਵਿੱਚ, ਬੋਲਣ ਦੇ ਵਿੱਚ ਤਾਂ ਥੋੜ੍ਹੀ ਮੁਸ਼ਕਲ ਜ਼ਰੂਰ ਹੈ, ਪਰ ਜਿਹੜਾ ਉਹਦਾ ਜਜ਼ਬਾ ਹੈ ਉਸਨੂੰ ਸਲਾਮ ਕਰਨਾ ਬਣਦਾ। ਇੰਨੀ ਠੰਡ ਦਾ ਵਿੱਚ ਤਾਂ ਜਿਮ ਜਾਣਾ ਬੜਾ ਔਖਾ ਲੱਗਦਾ ਹੈ ਨਾ। ਕਿਸ ਤਰ੍ਹਾਂ ਸ਼ੁਰੂਆਤ ਕਰੋ ਕੀਤੀ ਜਿਮ ਦੀ, ਇਹ ਵੀ ਦੱਸੋ। ਮੈਂ ਸ਼ੁਰੂਆਤ ਕੀਤੀ ਅੱਜ ਤੋਂ ਇੱਕ ਸਾਲ ਪਹਿਲਾਂ, ਮੈਨੂੰ 1.5 ਸਾਲ ਹੋ ਗਿਆ ਜਿਮ ਜਾਂਦੇ ਨੂੰ, ਅਤੇ ਮੈਂ 10 ਅਗਸਤ ਨੂੰ ਸਟਾਰਟ ਕੀਤਾ ਸੀ। ਉਦੋਂ ਗਰਮੀਆਂ ਦਾ ਮੌਸਮ ਗਰਮੀ, ਉਦੋਂ ਮੈਂ ਕਮਜ਼ੋਰ ਜਿਹਾ ਬੜਾ ਸੀ। ਮੈਂ ਹੁਣ ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਸਟਰੋਂਗ ਕਰੀਏ, ਮਜ਼ਬੂਤ ਕਰੀਏ, ਮੋਟਾ ਰਹਿ ਜਾ, ਤਾਂ ਮੈਂ ਜਿਮ ਜੁਆਇਨ ਕੀਤਾ। ਪਹਿਲਾਂ ਜਿਮ ਨੂੰ ਸਟਾਰਟ ਕੀਤਾ ਨਾ, ਬੜਾ ਹੁੰਦਾ ਸੀ ਕਿ ਹਾਂ ਇਕੱਲਾ, ਪਰ ਹੁਣ ਹੌਲੀ ਹੌਲੀ ਸਾਰਿਆਂ ਨੂੰ ਘੁਲ ਮਿਲ ਕੇ ਰਲ ਕੇ ਐਕਸਰਸਾਈਜ਼ ਕਰੀਦੀ, ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ। ਉੱਠਣਾ ਆਪਣੀ ਮਨ ਮਰਜ਼ੀ ਆ, ਉੱਠੋ ਨਾ ਉੱਠੋ, ਪਰ ਜੇ ਕਿਤੇ ਜਾਣਾ ਤੇ ਮਨ ਮਾਰਨਾ ਹੁੰਦਾ। ਪੈਸੇ ਤਾਂ ਮੈਂ ਨੀ ਕਰੀ ਪਰਵਾਹ ਕੀਤੀ, ਮੈਂ ਆਰਾਮ ਨਾਲ ਵੀ ਡਾਇਟ ਲੈਣਾ, ਖਾਣਾ ਪੀਣਾ, ਜਿਮ ਚਲਾ ਜਾਂਦਾ। ਜਿਮ ਜੁਆਇਨ ਕਰਨ ਦਾ ਮਕਸਦ ਇਹ ਸੀ ਕਿ ਪਹਿਲਾਂ ਭਾਰੀਆਂ ਚੀਜ਼ਾਂ ਨਹੀਂ ਚੁੱਕੀਆਂ ਜਾਂਦੀਆਂ, ਜਿਮ ਤਾਂ ਕਰਕੇ ਜੁਆਇਨ ਕੀਤਾ ਕਿ ਭਾਰੀਆਂ ਚੀਜ਼ਾਂ ਚੁੱਕੀਆਂ ਜਾਣ। ਨਹੀਂ, ਆਪਣੀ ਹੈਲਥ ਨੂੰ ਥੋੜ੍ਹਾ ਸੁਧਾਰਨ ਵਾਸਤੇ ਕੀਤਾ ਸੀ। ਪਹਿਲਾਂ ਖਾਂਦਾ ਪੀਂਦਾ ਸੀ ਇੰਨਾ ਜ਼ਿਆਦਾ, ਮੈਨੂੰ ਲੱਗਦਾ ਭੱਜਦਾ ਨਹੀਂ। ਪਹਿਲਾਂ ਤਾਂ ਸਟਾਰਟਿੰਗ ਜਦੋਂ ਮੈਂ ਲੱਗਦੀਆਂ ਐਕਸਰਸਾਈਜ਼ ਕਰਦਾ ਸੀ ਨਾ, ਮੈਂ ਕਮ ਸੇ ਕਮ 10 ਕਿਲੋ 20 ਕਿਲੋ ਪਾਉਂਦਾ ਸੀ। ਹੁਣ ਮੈਂ ਲੱਗ ਤੇ ਕਮ ਸੇ ਕਮ 70-80 ਕਿਲੋ ਪਾ ਲੈਂਦਾ ਹੁੰਦਾ। ਤੁਸੀਂ ਜਿਮ ਜਾਂਦੇ ਹੋ ਤਾਂ ਤੁਸੀਂ ਕਦੀ ਆਪਣੇ ਫਾਦਰ ਸਾਹਿਬ ਨੂੰ ਵੀ ਕਿਹਾ ਵੀ ਤੁਸੀਂ ਵੀ ਜਿਮ ਜੁਆਇਨ ਕਰੋ, ਜਿਮ ਕਰਨਾ ਚੰਗਾ ਹੁੰਦਾ, ਸਿਹਤ ਲਈ ਲਾਭਦਾਇਕ ਹੈ? ਮੈਂ ਤਾਂ ਕਿਹਾ ਕੋਈ ਨਾ, ਨਹੀਂ ਮੰਨਦੇ ਮੰਨਦੇ ਨਹੀਂ, ਕਹਿੰਦੇ ਨਹੀਂ ਮੈਂ ਤਕੜਾ, ਮੈਂ ਆਪਣੀ ਜਵਾਨੀ 'ਚ ਜਵਾਨ ਹੁੰਦਾ ਸੀ, ਮੈਂ ਬੜਾ ਤਕੜਾ ਭਲਵਾਨ ਹੁੰਦਾ ਸੀ, ਕਹਿੰਦੇ। ਮੈਂ ਤਾਂ ਕਹਿੰਦਾ ਵੀ ਜਿਹੜੇ ਮਾਂ ਪਿਓ ਨੇ ਘਰੇ ਬੱਚੇ ਬਿਠਾਏ ਨੇ, ਕਹਿੰਦੇ ਹਾਈਟ ਰੁੱਕ ਜੂ, ਆਹ ਰੁੱਕ ਜੂ, ਇਹਦਾ ਕੁਝ ਨਹੀਂ ਹੁੰਦਾ, ਝੂਠੀਆਂ ਗੱਲਾਂ। ਕਈ ਐਕਸਰਸਾਈਜ਼ ਹੁੰਦੀਆਂ ਜਿਹਨਾਂ ਹਾਈਟ ਰੁੱਕ ਜਾਂਦੀ ਆ, ਕੁਛ ਨੌਜਵਾਨ ਨੇ ਉਹ ਪ੍ਰੋਟੀਨ ਲੈਂਦੇ ਨੇ ਜਾਂ ਹੋਰ ਬੜੇ ਸਪਲੀਮੈਂਟ ਲੈਂਦੇ ਨੇ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ? ਉਹਨਾਂ ਬਾਰੇ ਮੈਂ ਕਹਿਣਾ ਚਾਹੁੰਦਾ, ਕਈਆਂ ਦਾ ਪ੍ਰੋਟੀਨ ਹੁੰਦਾ ਵੀ ਕਈ ਰੋਟੀ ਸਬਜ਼ੀ ਖਾ ਕੇ ਪੂਰਾ ਖਾ ਲੈਂਦੇ ਆ, ਪਰ ਕਈ ਹੁਣ ਮੇਰੇ ਵਿੱਚ ਜਿਹੜੇ ਸਬਜ਼ੀ ਘੱਟ ਖਾਂਦੇ ਆ, ਅਤੇ ਉਹਨਾਂ ਲਈ ਪ੍ਰੋਟੀਨ ਠੀਕ ਆ। ਪ੍ਰੋਟੀਨ ਵੀ ਦੁੱਧ ਦਾ ਇੱਕ ਪਾਰਟ ਹੁੰਦਾ ਹੈ, ਜਿੰਨਾ ਪ੍ਰੋਟੀਨ ਸਾਨੂੰ ਚਾਹੀਦਾ ਨਾ, 1 ਲੀਟਰ ਆਪਾਂ ਦੁੱਧ ਨਹੀਂ ਪਚਾ ਸਕਦੇ, ਨਾ ਕਿਸੇ ਕੋਲ ਪੀ ਸਕਦਾ, ਤਾਂ ਪ੍ਰੋਟੀਨ ਲੈਂਦੇ ਆ ਕਿ ਥੋੜ੍ਹੇ ਜਿਹੇ ਪਾਊਡਰ ਨੂੰ ਦੁੱਧ 'ਚ ਪਾ ਕੇ ਨਾ, ਕਈ ਲੀਟਰ ਦੁੱਧ ਜਾਂ ਪ੍ਰੋਟੀਨ ਸਾਨੂੰ ਮਿਲ ਜਾਂਦਾ ਹੈ। ਉਹਨਾਂ ਨੇ ਮੇਰੇ ਕੋਲ ਕਹਿਣਾ ਚਾਹੂੰਗਾ, ਘਰੇ ਬਹਿ ਕੇ ਇੰਸਟਾਗ੍ਰਾਮ ਫੋਨ 'ਤੇ ਟਾਈਮ ਵੇਸਟ ਕਰਨ ਤੋਂ ਚੰਗਾ ਆਪਣਾ ਕਰੀਅਰ ਬਣਾਉਣਾ ਧਿਆਨ ਦਿਓ, ਅਤੇ ਬਾਹਰ ਬੂਹਰ ਜਾਣ 'ਤੇ ਪੈਸਾ ਬਰਬਾਦ ਕਰਨ ਤੋਂ ਚੰਗਾ ਇੱਥੇ ਪੇਮੈਂਟ ਕਰੋ, ਇੱਥੇ ਤੁਹਾਨੂੰ ਜੋ ਕੁਝ ਮਿਲਣਾ ਤੁਹਾਨੂੰ ਬਾਹਰ ਜਾ ਕੇ ਨਹੀਂ ਮਿਲਣਾ। ਮੈਂ ਪੰਜਾਬ 'ਚ ਸਭ ਤੋਂ ਜ਼ਿਆਦਾ ਲੋੜ ਹੀ ਨੌਜਵਾਨਾਂ ਦੀ, ਬਾਹਰ ਤੁਰੀ ਜਾਂ ਅਤੇ ਇੱਥੇ ਰਹਿਣਾ ਕਿੰਨੇ ਬੁੱਢਿਆਂ ਨੇ। ਸਤਿ ਸ਼੍ਰੀ ਅਕਾਲ, ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ, ਅੱਜ ਅਸੀਂ ਉਸ ਨੌਜਵਾਨ ਵੀਰ ਕੋਲ ਬੈਠੇ ਹੋਏ ਹਾਂ ਜਿਸ ਨੂੰ ਤੁਰਨ ਫਿਰਨ ਦੇ ਵਿੱਚ, ਬੋਲਣ ਦੇ ਵਿੱਚ ਤਾਂ ਥੋੜ੍ਹੀ ਮੁਸ਼ਕਲ ਜ਼ਰੂਰ ਹੈ, ਪਰ ਜਿਹੜਾ ਉਹਦਾ ਜਜ਼ਬਾ ਹੈ ਉਸਨੂੰ ਸਲਾਮ ਕਰਨਾ ਬਣਦਾ। ਜਿੰਨੀ ਠੰਡ ਚੱਲ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਸਭ ਜਾਣਦੇ ਹਾਂ, 5-6 ਡਿਗਰੀ ਟੈਂਪਰੇਚਰ ਵੀ ਰਹਿੰਦਾ, ਪਰ ਉਸ ਵੀਰ ਵੱਲੋਂ ਜਿਹਨੂੰ ਤੁਰਨ 'ਚ ਵੀ ਮੁਸ਼ਕਲ ਹੈ, ਬੋਲਣ 'ਚ ਵੀ ਥੋੜ੍ਹੀ ਮੁਸ਼ਕਲ ਹੈ, ਪਰ ਉਸ ਵੀਰ ਦਾ ਹੌਸਲਾ ਇੰਨਾ ਬੁਲੰਦ ਹੈ ਕਿ ਸਵੇਰੇ ਤੜਕਸਾਰ ਉੱਠ ਕੇ ਉਹ
ਜਿਮ ਦੇ ਵਿੱਚ ਜਾਂਦੇ ਨੇ। ਸੋ ਵੀਰ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਜੀ ਤੁਹਾਡਾ? ਵੀਰ ਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਾਜਵੀਰ ਸਿੰਘ। ਰਾਜਵੀਰ ਸਿੰਘ, ਹਾਂਜੀ। ਤਾਂ ਅੱਜ ਹੁਣ ਜਿੰਨੀ ਠੰਡ ਚੱਲਣ ਦੀ ਆ, ਹਨਾ, ਇੰਨੀ ਠੰਡ ਦਾ ਵਿੱਚ ਤਾਂ ਜਿਮ ਜਾਣਾ ਬੜਾ ਔਖਾ ਲੱਗਦਾ, ਹਨਾ, ਤਾਂ ਕਿਸ ਤਰ੍ਹਾਂ ਸ਼ੁਰੂਆਤ ਕਰੋ ਕੀਤੀ ਜਿਮ ਦੀ, ਇਹ ਵੀ ਦੱਸੋ ਜਰਾ। ਮੈਂ ਸ਼ੁਰੂਆਤ ਕੀਤੀ ਵੀ ਅੱਜ ਤੋਂ ਕਈ 1 ਸਾਲ ਪਹਿਲਾਂ, ਮੈਨੂੰ 1.5 ਸਾਲ ਹੋ ਗਏ ਜਿਮ ਜਾਂਦੇ ਨੂੰ। ਅੱਛਾ। ਤੇ ਮੈਂ 10 ਅਗਸਤ ਨੂੰ ਸਟਾਰਟ ਕੀਤਾ ਸੀ, ਉਦੋਂ ਗਰਮੀਆਂ ਦਾ ਮੌਸਮ ਨੋਰਮਲ ਸੀ। ਉਹ ਤੋਂ ਮੈਂ ਕਮਜ਼ੋਰ ਜਿਹਾ ਬੜਾ ਸੀ, ਮੈਂ ਕਿਹਾ ਹੁਣ ਆਪਣੇ ਸਰੀਰ ਨੂੰ ਥੋੜ੍ਹਾ ਜਿਹਾ ਸਟਰੋਂਗ ਕਰੀਏ, ਮਜ਼ਬੂਤ ਕਰੀਏ, ਮੋਟਾ ਰਾਜਾ ਕਰੀਏ। ਬਹੁਤ ਵਧੀਆ। ਤਾਂ ਮੈਂ ਜਿਮ ਜੁਆਇਨ ਕੀਤਾ। ਉਹ ਤੋਂ ਪਹਿਲਾਂ ਮਤਲਬ ਕਿ ਜਿਹੜੀਆਂ ਭਾਰੀਆਂ ਚੀਜ਼ਾਂ ਹੁੰਦੀਆਂ ਸੀ ਮੇਰੇ ਲਈ ਚੁੱਕਣੀਆਂ ਬੜੀਆਂ ਮੁਸ਼ਕਲ ਜਿਹੀਆਂ ਹੁੰਦੀਆਂ ਸੀ। ਅੱਛਾ। ਹੁਣ ਤਾਂ ਚੁੱਕ ਲੈਂਦਾ ਆਰਾਮ ਨਾਲ, ਹੁਣ ਤਾਂ ਕੋਈ ਫਿਕਰ ਨਹੀਂ। ਅੱਛਾ, ਮੈਂ ਵੀ ਵੇਖਦਾ ਨਾ ਜਿਮ ਦੇ ਵਿੱਚ ਤੁਹਾਨੂੰ। ਹਾਂਜੀ, ਪਹਿਲਾਂ ਜਿਮ ਤੋਂ ਸਟਾਰਟਿੰਗ 'ਚ ਨਾ ਬੜਾ ਹੁੰਦਾ ਸੀ ਕਿ ਹਾਂ ਇਕੱਲਾ ਇਕੱਲਾ, ਪਰ ਹੁਣ ਹੌਲੀ ਹੌਲੀ ਸਾਰਿਆਂ ਨਾਲ ਘੁਲ ਮਿਲ ਕੇ ਰਲ ਕੇ ਐਕਸਰਸਾਈਜ਼ ਕਰੀਦੀ, ਵਧੀਆ ਲੱਗਦਾ ਸਾਰਿਆਂ ਨੂੰ ਮਿਲ ਕੇ। ਮੈਨੂੰ ਇਹ ਦੱਸੋ ਤੁਸੀਂ ਵੀ ਇੰਨੀ ਠੰਡ ਦੇ ਵਿੱਚ ਉੱਠਣਾ ਕਿੰਨਾ ਕੁ ਮੁਸ਼ਕਲ ਹੈ? ਉੱਠਣਾ ਆਪਣੀ ਮਨ ਮਰਜ਼ੀ ਆ, ਉੱਠੋ ਨਾ ਉੱਠੋ, ਪਰ ਜੇ ਕਿਤੇ ਜਾਣਾ ਤੇ ਮਨ ਮਾਰਨਾ ਪੈਂਦਾ, ਮਨ ਮਾਰਨਾ ਪੈਂਦਾ। ਹਾਂਜੀ, ਕਿਉਂਕਿ ਅਸੀਂ ਵੀ ਜਿਮ ਜਾਂਦੇ ਹਾਂ, ਸਵੇਰੇ ਉੱਠਣ ਲੱਗਿਆ ਬੜੀ ਦਿੱਕਤ ਹੁੰਦੀ ਇੰਨੀ ਜ਼ਿਆਦਾ ਠੰਡ ਦੇ ਵਿੱਚ, ਹਨਾ। ਤਾਂ ਮੈਂ ਜਦੋਂ ਵੇਖਦਾ ਨਾ ਤੁਹਾਨੂੰ ਤਾਂ ਇਹਨਾਂ ਨਾ ਵੀ ਵੀਰ ਦੇ ਵਿੱਚ ਬੜਾ ਜਜ਼ਬਾ ਆ। ਹਾਂਜੀ, ਸਵੇਰੇ ਸਵੇਰੇ ਨਾ ਵੱਖਰਾ ਜੋਸ਼ ਜਿਹਾ ਹੁੰਦਾ ਉੱਠਣ ਦਾ, ਸਵੇਰੇ ਨਹਾ ਧੋ ਕੇ ਫਿਰ 9 ਵਜੇ ਤੱਕ ਜਿਮ ਚੱਲ ਜਾਂਦਾ। ਵੈਸੇ ਤਾਂ ਮੈਂ ਨੀ ਕਦੀ ਪਰਵਾਹ ਕੀਤੀ ਠੰਡ ਠੁੰਡ ਦੀ, ਮੈਂ ਆਰਾਮ ਨਾਲ ਆਪਣੀ ਡਾਇਟ ਲੈਣਾ, ਖਾਣਾ ਪੀਣਾ, ਜਿਮ ਚਲਾ ਜਾਂਦਾ ਹੁਣ। ਅੱਛਾ। ਹਾਂਜੀ, ਮਤਲਬ ਜਿਮ ਜੁਆਇਨ ਕਰਨ ਦਾ ਮਕਸਦ ਇਹ ਸੀ ਕਿ ਪਹਿਲਾਂ ਭਾਰੀਆਂ ਚੀਜ਼ਾਂ ਨਹੀਂ ਚੁੱਕੀਆਂ ਜਾਂਦੀਆਂ, ਜਿਮ ਤਾਂ ਕਰਕੇ ਜੁਆਇਨ ਕੀਤਾ ਕਿ ਭਾਰੀਆਂ ਚੀਜ਼ਾਂ ਚੁੱਕੀਆਂ ਜਾਣ? ਨਹੀਂ, ਆਪਣੀ ਹੈਲਥ ਨੂੰ ਥੋੜ੍ਹਾ ਸੁਧਾਰਨ ਵਾਸਤੇ ਕੀਤਾ ਸੀ। ਪਹਿਲਾਂ ਖਾਂਦਾ ਪੀਂਦਾ ਸੀ ਇੰਨਾ ਜ਼ਿਆਦਾ, ਮੈਨੂੰ ਲੱਗਦਾ ਤੇ ਪਚਦਾ ਨਹੀਂ ਸੀ। ਅੱਛਾ। ਹੁਣ ਮੈਂ ਆਰਾਮ ਨਾਲ 1 ਦਿਨ 'ਚ 15 ਰੋਟੀਆਂ ਖਾ ਲੈਂਦਾ, ਆਰਾਮ ਨਾਲ ਪਚਾ ਲੈਂਦਾ ਮੈਂ। ਬਹੁਤ ਵਧੀਆ, ਮੈਨੂੰ ਇੰਨੀ ਕੋਈ ਜਾਰੀ ਹੋਣ ਮੁਸ਼ਕਿਲ ਨਹੀਂ ਹੁੰਦੀ। ਮੈਂ ਜੋ ਮਰਜ਼ੀ ਖਾਣਾ, ਜਿੰਨੇ ਮਰਜ਼ੀ ਦੁੱਧ ਪੀਣਾ, ਮੈਂ ਆਰਾਮ ਨਾਲ ਪਚਾ ਲੈਂਦਾ, ਮੈਨੂੰ ਕੋਈ ਇੰਨੀ ਦਿੱਕਤ ਹੁੰਦੀ। ਬਹੁਤ ਵਧੀਆ। ਤਾਂ ਜਿਸ ਦਿਨ ਤੁਸੀਂ ਪਹਿਲੇ ਦਿਨ ਜਿਮ ਜਾਣਾ ਸੀ, ਤਾਂ ਤੁਸੀਂ ਆਪਣੇ ਘਰ ਗੱਲ ਕੀਤੀ, ਤਾਂ ਤੁਹਾਡੇ ਜਿਹੜੇ ਫਾਦਰ ਸਾਹਿਬ ਨੇ ਉਹਨਾਂ ਦੀ ਕੀ ਪ੍ਰਤੀਕਿਰਿਆ ਸੀ? ਉਹ ਤੇ ਮੰਨ ਗਏ ਸੀ, ਦਾਦੀ ਵੀ ਮੇਰੇ ਮੰਨ ਗਏ ਸੀ। ਤੇ ਉਹ ਦਿਨ ਮੈਂ ਗਿਆ ਸੀ, ਤੇ ਪਹਿਲੇ ਦਿਨ ਉਹਨਾਂ ਨੇ ਮੇਰੇ ਕੋਲ ਟ੍ਰੇਨ ਸਾਰੀ ਐਕਸਰਸਾਈਜ਼ ਦਿਖਾਈਆਂ ਕਰਵਾਈਆਂ ਹੌਲੀ ਹੌਲੀ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਪਹਿਲਾਂ ਸਾਈਕਲਿੰਗ ਕਰਨੀ ਆ, ਲੱਤਾਂ ਟ੍ਰੇਨ ਕਰਨੀਆਂ, ਫਿਰ ਬਾਅਦ 'ਚ ਡੰਬਲ ਅਤੇ ਬੈਕ ਦੀ ਉਹਨਾਂ ਨੇ ਐਕਸਰਸਾਈਜ਼ ਦੱਸੀ ਸੀ ਮੈਨੂੰ, ਫਿਰ ਜਾ ਕੇ ਮੈਂ ਬਾਕੀ ਹੋਰ ਵੀ ਐਕਸਰਸਾਈਜ਼ ਕਰਦਾ ਹੁੰਦਾ। ਪਹਿਲਾਂ ਤਾਂ ਸਟਾਰਟਿੰਗ 'ਚ ਜਦੋਂ ਮੈਂ ਲੈਗ ਦੀਆਂ ਐਕਸਰਸਾਈਜ਼ ਕਰਦਾ ਸੀ ਨਾ, ਮੈਂ ਕਮ ਸੇ ਕਮ 10 ਕਿਲੋ 20 ਕਿਲੋ ਪਾਉਂਦਾ ਸੀ। ਹੁਣ ਮੈਂ ਲੱਗ ਤੇ ਕਮ ਸੇ ਕਮ 70-80 ਕਿਲੋ ਪਾ ਲੈਂਦਾ ਹੁੰਦਾ। ਬਹੁਤ ਵਧੀਆ ਜੀ। ਤਾਂ ਕਿਹੜੀ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ, ਫੇਵਰੇਟ ਐਕਸਰਸਾਈਜ਼ ਕਿਹੜੀ ਹੈ ਤੁਹਾਡੀ ਜਿਮ ਦੇ ਵਿੱਚ, ਅਤੇ ਸਭ ਤੋਂ ਟਫ ਐਕਸਰਸਾਈਜ਼ ਕਿਹੜੀ ਲੱਗਦੀ ਹੈ? ਮੇਰੀ ਫੇਵਰੇਟ ਐਕਸਰਸਾਈਜ਼ ਹੈਗੀ ਲੈਗ ਦੀ ਐਕਸਰਸਾਈਜ਼, ਕਿਉਂਕਿ ਲੈਗ ਦੀ ਐਕਸਰਸਾਈਜ਼ ਕਰਾਉਣ 'ਚ ਮੈਨੂੰ ਮਜ਼ਾ ਆਉਂਦਾ, ਨਾ ਮੈਂ ਲੈਗ ਪੀੜ ਕਰਦੀਆਂ, ਨਾ ਮੈਂ ਥੱਕਦਾ ਲੈਗ ਐਕਸਰਸਾਈਜ਼ ਦਾ। ਅੱਛਾ। ਸਭ ਤੋਂ ਡਿਫੀਕਲਟ ਹੈਗੀ ਚੈਸਟ ਦੀ ਐਕਸਰਸਾਈਜ਼, ਉੱਥੇ ਚੈਸਟ ਦੇ ਉੱਤੇ ਵੇਟ ਪਾ ਕੇ ਜਾਂ ਤਾਂ ਨੂੰ ਪੁੱਛ ਕੇ ਨਾ, ਉਹ 'ਚ ਬੜੀ ਮੁਸ਼ਕਿਲ ਹੁੰਦੀ ਆ, ਉਹ ਮੈਨੂੰ ਡਿਫੀਕਲਟ ਲੱਗਦਾ ਸਭ ਤੋਂ ਜ਼ਿਆਦਾ। ਬੜੀ ਵਧੀਆ ਗੱਲ ਹੈ। ਵੈਸੇ ਸਾਰੇ ਜਿਹੜੇ ਕਹਿੰਦੇ ਸਾਨੂੰ ਚੈਸਟ ਈਜ਼ੀ ਲੱਗਦੀ ਆ, ਔਰ ਸਕੈਟ ਜਿਹੜੀ ਆ ਲੈਗਸ ਦੀ ਐਕਸਰਸਾਈਜ਼ ਸਭ ਤੋਂ ਔਖੀ ਲੱਗਦੀ ਆ, ਔਰ ਤੁਹਾਨੂੰ ਲੈਗਸ ਦੀ ਐਕਸਰਸਾਈਜ਼ ਸੌਖੀ ਲੱਗਦੀ ਤਾਂ ਚੈਸਟ ਸੌਖੀ ਲੱਗਦੀ ਆ। ਹਾਂਜੀ। ਤਾਂ ਫਿਰ ਡੇਲੀ ਕਿੰਨਾ ਸਮਾਂ ਜਿਹੜਾ ਜਿਮ ਦੇ ਵਿੱਚ ਦਿੰਦੇ ਹੋ? ਤੁਸੀਂ ਲਾ ਲਓ ਮੈਂ 1 ਦਿਨ 'ਚ ਜੇ ਮੇਰੀ ਮਰਜ਼ੀ ਹੋਵੇ ਤਾਂ ਮੈਂ 3 ਘੰਟੇ ਲਾ ਲੈਂਦਾ ਹੁੰਦਾ। ਅੱਛਾ।
ਹਾਂਜੀ ਅੱਛਾ 3 ਘੰਟੇ ਰੋਜ਼ਾਨਾ। ਹਾਂਜੀ ਪਹਿਲਾਂ ਮੈਂ 9 ਵਜੇ ਜਾਂਦਾ ਹੁੰਦਾ ਅਤੇ 9 ਤੋਂ 11 ਵਜੇ ਤੱਕ 2 ਘੰਟੇ, ਫਿਰ ਮੈਂ ਜੇ ਮੈਨੂੰ ਉੱਥੇ ਸੈਂਟਰ ਜਾਣਾ ਇੰਗਲਿਸ਼ ਸਿੱਖਣ, ਫਿਰ ਉਹਨਾਂ ਦੇ ਪਾਪਾ ਹੁੰਦੇ ਪਿੰਡ ਅਤੇ ਉਹਨਾਂ ਦੇ ਪਿੰਡ ਉਹਨੂੰ ਆਉਣ 'ਚੋਂ ਘੰਟਾ ਲੱਗ ਜਾਂਦਾ, ਅਤੇ ਤਾਂ ਫਿਰ ਮੈਂ ਕਹਿੰਦਾ ਹੁੰਦਾ ਵੀ ਵਿਹਲਾ ਬਹਿ ਕੇ ਕਰਨਾ, ਘੰਟਾ ਹੋਰ ਜਾ ਕੇ ਐਕਸਰਸਾਈਜ਼ ਕਰ ਲੈਂਦੇ ਹਾਂ, ਥੋੜ੍ਹਾ ਗਰਮ ਗਰਮ ਹੋ ਜਾਂਦਾ, ਫਿਰ ਉੱਥੇ ਠੰਡ ਹੁੰਦੀ ਆ। ਅੱਛਾ ਹਾਂਜੀ, ਤਾਂ ਹੁਣ ਤੁਹਾਨੂੰ ਸਾਲ ਤੋਂ ਵੱਧ ਹੋ ਗਿਆ ਜਾਂਦਿਆਂ, ਤਾਂ ਕਿੰਨੀਆਂ ਕੁ ਛੁੱਟੀਆਂ ਹੋਈਆਂ? ਛੁੱਟੀਆਂ ਨੇ ਬਹੁਤ ਘੱਟ ਹੋਈਆਂ, ਮੈਂ ਲਗਾਤਾਰ 365 ਦਿਨ ਜਾਂਦਾ ਹੀ ਰਿਹਾ। ਅੱਛਾ ਹਾਂਜੀ, ਮਤਲਬ ਛੁੱਟੀ ਕਰਨ ਦੇ ਦਿਲ ਨਹੀਂ ਕਰਦਾ? ਛੁੱਟੀ ਕਰਨ ਦਿਲ ਤਾਂ ਕਰਦਾ, ਪਰ ਮੇਰੇ ਘਰ ਦੇ ਮੰਨਦੇ ਨਹੀਂ, ਉਹ ਕਹਿੰਦੇ ਵੀ ਜਾ ਚੰਗਾ ਹੋਊਗਾ ਫਿਰ। ਨਹੀਂ ਨਹੀਂ ਵਧੀਆ। ਤਾਂ ਤੁਸੀਂ ਸਕੂਲ ਕਿਹੜੇ ਪੜ੍ਹਦੇ ਹੋ? ਮੈਂ ਪੜ੍ਹਦਾ ਸੈਂਟ ਪੌਲ ਸਕੂਲ। ਅੱਛਾ, ਮੇਰੇ ਘਰ ਦੇ ਲਾਗੇ ਹੀ ਆ, ਜਿਹੜਾ ਕੋਈ ਦੂਰ ਨਹੀਂ, ਕਦੀ ਕਦਾਈ ਤੁਰ ਕੇ ਚੱਲ ਜਾਈਦਾ, ਕਦੀ ਕਦਾਈ ਪਾਪਾ ਛੱਡ ਹੁੰਦੇ ਆ। ਅੱਛਾ, ਕਿਹੜੀ ਕਲਾਸ 'ਚ? ਮੈਂ 11ਵੀਂ 'ਚ। ਅੱਛਾ ਹਾਂਜੀ, ਤਾਂ ਕਿਹੜੇ ਸਬਜੈਕਟ ਰੱਖੇ ਆ? ਸਬਜੈਕਟ ਤੇ ਮੈਂ ਰੱਖਿਆ ਆ ਹਜੇ ਨੀ ਮੈਂ ਕੋਈ ਰੱਖਿਆ। ਅੱਛਾ, ਅੱਜ ਮੈਂ ਸੋਚਣਾ ਵੀ ਉਹ ਰੱਖੂੰਗਾ ਜਿਹੜੇ ਅੱਗੇ ਤੱਕ ਮੇਰੇ ਕੰਮ ਆਉਣ, ਇਹ ਨੀ ਕਿ ਪੜ੍ਹ ਲੇ ਤੇ ਅੱਗੇ ਜਾਂਗੇ ਕੋਈ ਪੁੱਛੇ ਤੱਕ ਨਾ, ਇਹ ਸਬਜੈਕਟ ਨੀ ਮੈਂ ਕਰਨੇ। ਤਾਂ ਕੀ ਸੋਚਦੇ ਹੋ ਕਿ ਉਹ ਮਤਲਬ ਕੀ ਬਣਨਾ, ਕੀ ਚਾਹੁੰਦੇ ਹੋ? ਬਣਨਾ ਤਾਂ ਬੜਾ ਕੁਝ ਆ, ਮੈਂ ਸੋਚ ਨੀ ਛੋਟੀ ਮੇਰੀ, ਹਾਲੇ ਮੈਂ ਸਟੈਪ ਸ਼ੁਰੂਆਤ ਕਰੂੰਗਾ ਫਿਰ ਅੱਗੇ ਜਾ ਕੇ ਸੋਚੂੰਗਾ। ਬਹੁਤ ਵਧੀਆ। ਹਾਂਜੀ, ਤਾਂ ਤੁਸੀਂ ਜਿਮ ਜਾਂਦੇ ਹੋ, ਤਾਂ ਤੁਸੀਂ ਕਦੀ ਆਪਣੇ ਫਾਦਰ ਸਾਹਿਬ ਨੂੰ ਵੀ ਕਿਹਾ ਵੀ ਤੁਸੀਂ ਵੀ ਜਿਮ ਜੁਆਇਨ ਕਰੋ, ਜਿਮ ਕਰਨਾ ਚੰਗਾ ਹੁੰਦਾ ਸਿਹਤ ਲਈ, ਲਾਭਦਾਇਕ ਹੈ? ਮੈਂ ਤਾਂ ਕਿਹਾ ਕਹਿੰਦੇ ਨੀ ਮੈਂ ਜਿਮ ਮੰਨਦੇ ਨੀ। ਨਹੀਂ ਮੰਨਦੇ? ਕਹਿੰਦੇ ਨਹੀਂ ਮੈਂ ਤਕੜਾ, ਮੈਂ ਆਪਣੀ ਜਵਾਨੀ 'ਚ ਜਵਾਨ ਹੁੰਦਾ ਸੀ, ਮੈਂ ਬੜਾ ਤਕੜਾ ਭਲਵਾਨ ਹੁੰਦਾ ਸੀ। ਅੱਛਾ, ਇੰਝ ਕਹਿੰਦੇ ਆ। ਅਤੇ ਪਾਪਾ ਨੂੰ ਕਹਿਣਾ ਸੀ ਹੁਣ ਵੀ ਜਿਹੜੇ ਭਲਵਾਨ ਆ ਉਹ ਤਾਂ 50-60 ਸਾਲ ਦੀ ਉਮਰ ਤੱਕ ਜਿਮ ਕਰਦੇ ਆ ਜਾਂ ਕੋਈ ਐਕਸਰਸਾਈਜ਼ ਕਰਦੇ ਆ, ਹਨਾ, ਪਰ ਇਹਨਾਂ ਦਾ ਟਾਈਮ ਨਹੀਂ ਲੱਗਦਾ, ਇਹ ਪਿੰਡ ਜਾਂਦੇ ਪੈਰੀ ਮੁੰਦੇ ਕਈ ਕੁਝ ਕੰਮ ਕਰਦੇ ਆ। ਅੱਛਾ ਹਾਂਜੀ, ਤਾਂ ਜਦੋਂ ਤੁਸੀਂ ਹੁਣ ਸਵੇਰੇ ਜਿਮ ਜਾਂਦੇ ਹੋ, ਤਾਂ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਕਾਫੀ ਜ਼ਿਆਦਾ ਸਮਾਂ ਜਿਹੜਾ ਜਿਮ ਨੂੰ ਦਿੰਦੇ ਹੋ, ਤਾਂ ਕੀ ਲੱਗਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਜਿਮ ਨੂੰ ਜਿਹੜਾ ਲਗਾਤਾਰ ਜਾਰੀ ਰੱਖੋਗੇ? ਹਾਂਜੀ, ਮੈਂ ਜਾਰੀ ਰੱਖੂੰਗਾ, ਮੈਂ ਨਹੀਂ ਛੁੱਟੀ ਕਰਨੀ। ਜਿਮ ਤੋਂ ਤਾਂ ਮੇਰਾ ਕਾਫੀ ਫਾਇਦਾ ਹੋਇਆ, ਮੈਨੂੰ ਇੰਨੀ ਜ਼ਿਆਦਾ ਠੰਡ ਨਹੀਂ ਲੱਗਦੀ, ਹੁਣ ਮੈਨੂੰ ਭੁੱਖ ਵੀ ਜ਼ਿਆਦਾ ਲੱਗੂਗੀ, ਮੈਂ ਰੱਜ ਕੇ ਤੋਂ ਵੱਧ ਖਾਂਦਾ ਤਾਂ ਵੀ ਮੈਂ ਆਰਾਮ ਨਾਲ ਪਹੁੰਚਾ ਲੈਂਦਾ ਹੁੰਦਾ, ਇੰਨੀ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਜਿਮ ਜਾਣ 'ਚ। ਮੈਂ ਤਾਂ ਕਹਿੰਦਾ ਵੀ ਜਿਹੜੇ ਮਾਂ ਪਿਓ ਨੇ ਘਰੇ ਬੱਚੇ ਬਿਠਾਏ ਆ ਨੇ, ਕਹਿੰਦੇ ਹਾਈਟ ਰੁੱਕ ਜੂ, ਆਹ ਰੁੱਕ ਜੂ, ਇੰਝ ਤਾਂ ਕੁਝ ਨਹੀਂ ਹੁੰਦਾ, ਝੂਠੀਆਂ ਗੱਲਾਂ। ਕਈ ਐਕਸਰਸਾਈਜ਼ ਹੁੰਦੀਆਂ ਜਿਹਨਾਂ ਹਾਈਟ ਰੁੱਕ ਜਾਂਦੀ ਆ, ਪਰ ਕਈ ਹੁੰਦੀਆਂ ਜਿਹਨਾਂ ਵੱਧਦੀ ਆ। ਬਿਲਕੁਲ, ਮੈਂ ਅੱਜ ਕਦੀ ਜਨਰੇਸ਼ਨ ਨੂੰ ਕਹਿਣਾ ਚਾਹੂੰਗਾ ਵੀ ਤੁਸੀਂ ਜਿਮ ਜਾਓ, ਘਰ ਦੀ ਵੀ ਗੱਲ ਨਾ ਮੰਨੋ, ਹਾਈਟ ਤੁਹਾਡੀ ਦਾਦੇ ਦੀ ਅਤੇ ਪਾਪਾ ਦੀ ਹਾਈਟ 'ਤੇ ਡਿਪੈਂਡ ਹੁੰਦੀ ਆ, ਇਹ ਨਹੀਂ ਕਿ ਤੁਸੀਂ ਉੱਥੇ ਜਾ ਕੇ ਮੈਂ 5 ਕਿਲੋ ਚੁੱਕੋਗੇ ਤਾਂ ਸਾਡੀ ਹਾਈਟ ਰੁੱਕ ਜੂਗੀ, ਇੰਝ ਤਾਂ ਕੁਝ ਨਹੀਂ ਹੁੰਦਾ, ਝੂਠ ਗੱਲਾਂ ਹੁੰਦੀਆਂ। ਮੈਂ ਜਿਮ ਚਾਹੁੰਦਾ, ਮੈਨੂੰ 1.5 ਸਾਲ ਦਾ ਐਕਸਪੀਰੀਅੰਸ ਆ, ਮੈਂ ਹਾਈਟ ਵਧਾਈ ਹੈ, ਘਟਾਈ ਨਹੀਂ ਮੈਂ ਬਿਲਕੁਲ ਵੀ। ਹਾਂਜੀ, ਅਤੇ ਹੁਣ ਜਿਸ ਤਰ੍ਹਾਂ ਤੁਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਪਏ ਹੋ ਨਾ ਕਿ ਜਿਮ ਜੁਆਇਨ ਕਰਨਾ ਚਾਹੀਦਾ ਹੈ, ਸਿਹਤ ਲਈ ਲਾਭਦਾਇਕ ਹੁੰਦਾ, ਤਾਂ ਜਿਸ ਤਰ੍ਹਾਂ ਤੁਹਾਡੇ ਗੱਲ ਮੈਂ ਸਕੂਲ ਦੀ ਕੀਤੀ ਸੀ, ਤਾਂ ਸਕੂਲ ਦੇ ਵਿੱਚ ਜਿਹੜਾ ਤੁਹਾਨੂੰ ਕਿਹੜਾ ਤੁਹਾਡਾ ਪਸੰਦੀਦਾ ਸਬਜੈਕਟ ਹੈ? ਸਕੂਲ ਦੇ ਵਿੱਚ ਮੇਰਾ ਪਸੰਦੀਦਾ ਸਬਜੈਕਟ ਹੈਗਾ ਸੀ ਇੰਗਲਿਸ਼, ਕਿਉਂਕਿ ਇੰਗਲਿਸ਼ ਸਾਨੂੰ ਨਾ ਸਭ ਤੋਂ ਪਹਿਲੇ ਨੰਬਰ 'ਤੇ ਕਰਾਉਂਦੇ ਸੀ, ਅਤੇ ਉਹ ਨਾ ਕਾਫੀ ਸੌਖਾ ਜਿਹਾ ਲੱਗਦਾ ਸੀ, ਤਾਂ ਉਹ ਮੇਰਾ ਸਭ ਤੋਂ ਸੌਖਾ ਸਬਜੈਕਟ ਸੀ ਇੰਗਲਿਸ਼, ਉਹ 'ਚ ਮੇਰੇ ਨੰਬਰ ਵੀ ਕਾਫੀ ਵਧੀਆ ਆ ਜਾਂਦੇ ਸੀ। ਹਾਂਜੀ, ਤਾਂ ਘਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ? ਮੇਰੇ ਘਰ ਦੇ ਵਿੱਚ ਮੈਂ, ਮੇਰੇ ਪਾਪਾ, ਮੇਰੇ ਮੰਮਾ, ਮੇਰੇ ਦਾਦੀ ਅਤੇ ਮੇਰੀ ਛੋਟੀ ਭੈਣ, ਬਸ। ਤਾਂ ਫਿਰ ਭੈਣ ਭਰਾਵਾਂ ਦੇ ਵਿੱਚ ਅਕਸਰ ਥੋੜ੍ਹੀ ਜਿਹਾ ਜਿਹੜੀ ਆ ਬਹਿਸ ਜਾਂ ਲੜਾਈ ਝਗੜਾ ਹੁੰਦਾ ਰਹਿੰਦਾ, ਤਾਂ ਫਿਰ ਕਿਸ ਤਰ੍ਹਾਂ ਹੁੰਦਾ ਛੋਟੀ ਭੈਣ ਨਾਲ ਲੜਾਈ ਝਗੜਾ? ਹੁੰਦਾ ਤਾਂ ਵਾਧੂ ਆ,
ਪਰ ਮੈਂ ਮੈਨੇਜ ਕਰ ਲੈਂਦੇ ਆ। ਅੱਛਾ ਮੈਨੇਜ ਹੋ ਜਾਂਦਾ, ਬਹੁਤ ਵਧੀਆ। ਤਾਂ ਜਿਸ ਤਰ੍ਹਾਂ ਤੁਸੀਂ ਜਿਮ ਜਾਂਦੇ ਹੋ, ਜਿਮ ਦੇ ਨਾਲ ਕੁਛ ਹੋਰ ਵੀ ਕਰ ਰਹੇ ਹੋ? ਜਿਮ ਦੇ ਨਾਲ ਮੈਂ ਇੰਗਲਿਸ਼ ਸਿੱਖਣ ਦਿਆ। ਅੱਛਾ, ਤਾਂ ਕਿ ਮੈਂ, ਮੇਰੇ ਤਾਊ ਆ ਇੱਕ, ਮੇਰੇ ਤਾਈ ਆ, ਤਾਈ ਮੈਨੂੰ ਪੰਜਾਬੀ ਨਹੀਂ ਆਉਂਦੀ, ਉਹਨੇ ਉਹ ਪੰਜਾਬੀ 'ਚ ਗੱਲ ਕਰਦੇ, ਮੈਨੂੰ ਇੰਗਲਿਸ਼ ਨਹੀਂ ਆਉਂਦੀ, ਅਤੇ ਮੈਂ ਉਹਨਾਂ ਨੂੰ ਚਾਹੁੰਦਾ ਵੀ ਮੈਂ ਉਹਨਾਂ ਨੂੰ ਗੱਲ ਕਰਾਂ ਇੰਗਲਿਸ਼ 'ਚ, ਅਤੇ ਉਹਨਾਂ ਨੂੰ ਦੱਸਾਂ ਮੈਂ ਕਿੰਨਾ ਇੰਪਰੂਵ ਹੋ ਗਿਆ, ਕਿੰਨਾ ਮੈਂ ਅੱਗੇ ਵੱਧ ਗਿਆ। ਹਾਂਜੀ। ਅੱਛਾ, ਅਤੇ ਤਾਈ ਜੀ ਕਿੱਥੇ ਰਹਿੰਦੇ ਆ? ਮੇਰੇ ਤਾਊ ਅਤੇ ਤਾਈ ਮੇਰੇ ਰਹਿੰਦੇ ਆ ਅਮੈਰੀਕਾ 'ਚ। ਅੱਛਾ, ਅਮੈਰੀਕਾ 'ਚ ਰਹਿੰਦੇ ਆ। ਹਾਂਜੀ, ਉੱਥੇ ਕੰਮ ਕੁੰਮ ਕਰਦੇ, ਉੱਥੇ ਰਹਿੰਦੇ ਆ। ਅੱਛਾ। ਤਾਈ ਜੀ ਨੂੰ ਪੰਜਾਬੀ ਘੱਟ ਹੁੰਦੀ ਹੈ? ਹਾਂਜੀ, ਉਹਨਾਂ ਨੂੰ ਪੰਜਾਬੀ ਨਹੀਂ ਹੁੰਦੀ, ਉਹਨਾਂ ਨੂੰ ਇੰਗਲਿਸ਼ ਹੁੰਦੀ ਆ। ਅੱਛਾ। ਤੇ ਮੈਨੂੰ ਇੰਗਲਿਸ਼ ਹਾਲੇ ਇੰਨੀ ਜ਼ਿਆਦਾ ਨਹੀਂ ਸੀ ਆਉਂਦੀ ਪਹਿਲਾਂ। ਅੱਛਾ। ਹੁਣ ਥੋੜ੍ਹਾ ਇੰਪਰੂਵ ਹੋ ਗਿਆ, ਮੈਂ ਇੰਗਲਿਸ਼ ਨਾਲ ਗੱਲ ਕਰ ਸਕਦਾ ਮੈਂ। ਅੱਛਾ, ਤੁਸੀਂ ਹੁਣ ਜਿਹੜਾ ਆ ਮਤਲਬ ਇੰਗਲਿਸ਼ ਸਿੱਖਣੀ, ਇਸ ਕਰਕੇ ਦੇ ਜੇ ਵੀ ਤਾਈ ਜੀ ਨਾਲ ਗੱਲ ਕੀਤੀ ਜਾ ਸਕੇ। ਹਾਂਜੀ, ਜਾਂ ਫਿਰ ਹੋਰ ਕਿਸੇ ਨਾਲ ਗੱਲ ਕੀਤੀ ਜਾ ਸਕੇ, ਜਾਂ ਕੋਈ ਬਾਹਰੋਂ ਮੈਸੇਜ ਆਉਂਦਾ ਉਹਨੂੰ ਆਰਾਮ ਨਾਲ ਪੜ੍ਹ ਸਕੇ, ਜਾਂ ਫਿਰ ਕਿਸੇ ਦੀ ਮਦਦ ਕਰਨੀ ਪਵੇ ਜੇ ਬਾਹਰੋਂ ਕੋਈ ਆਵੇ, ਜੇ ਕਿਸੇ ਨੂੰ ਨਹੀਂ ਪੰਜਾਬੀ ਆਉਂਦੀ, ਕੋਈ ਰਿਸ਼ਤੇਦਾਰ ਹੋ ਗਿਆ, ਉਹਨਾਂ ਨਾਲ ਫਿਰ ਗੱਲ ਗੁਲ ਕਰਨੀ ਮੁਸ਼ਕਿਲ ਹੁੰਦੀ ਆ, ਤਾਂ ਕਰਕੇ ਮੈਂ ਇੰਗਲਿਸ਼ ਸਿੱਖਣ ਦਿਆਂ ਵੀ ਕਿਸੇ ਨਾਲ ਗੱਲਬਾਤ ਕਰਨੀ ਥੋੜ੍ਹੀ ਆਸਾਨ ਹੋ ਜਾਵੇ। ਹਾਂਜੀ। ਤਾਂ ਹੁਣ ਫਿਰ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਪੁੱਛਿਆ, ਜਿਮ ਲਗਾਤਾਰ ਜਾਰੀ ਰੱਖੋਗੇ ਫਿਰ? ਹਾਂਜੀ। ਤਾਂ ਜਿਹੜੇ ਸਵੇਰੇ ਫਿਰ ਉੱਠਦੇ ਹੋ, ਉੱਠ ਕੇ ਕੀ ਖਾਂਦੇ ਹੋ ਜਿਮ ਜਾਣ ਤੋਂ ਪਹਿਲਾਂ? ਜਾਂ ਉੱਠ ਕੇ ਪਹਿਲਾਂ ਮੈਂ ਬ੍ਰਸ਼ ਕਰਨਾ, ਫਿਰ ਮੈਂ ਨਹਾਉਂਦਾ, ਫਿਰ ਮੈਂ ਗਲਾਸ ਦੁੱਧ ਪੀਣਾ ਘਿਓ ਪਾ ਕੇ, ਫਿਰ ਮੈਂ ਜੱਗ 'ਚ ਦੁੱਧ ਪਾ ਕੇ ਪੀਣਾ, ਵਿੱਚ ਗਿਰੀਆਂ ਕਾਜੂ ਦਾ ਪਾਊਡਰ ਪਾ ਕੇ ਪੀਣਾ, ਫਿਰ ਮੈਂ ਚਾਰ ਰੋਟੀਆਂ ਖਾਂਦਾ ਪਨੀਰ ਦੇ ਨਾਲ, ਫਿਰ ਮੈਂ ਗਰਮ ਪਾਣੀ ਕਰਕੇ ਜਿਮ ਲੈ ਜਾਂਦਾ, ਉੱਥੇ ਜਿਮ ਚੱਲ ਜਾਂਦਾ। ਹਾਂਜੀ। ਅਤੇ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਕਾਜੂ ਗਿਰੀਆਂ ਬਦਾਮ ਨੂੰ ਗ੍ਰਾਇੰਡ ਕੀਤਾ ਹੋਇਆ? ਹਾਂਜੀ, ਉਹਨੂੰ ਗ੍ਰਾਇੰਡ ਕਰਕੇ ਦੁੱਧ ਚਵਾ ਕੇ ਪੀਣਾ। ਅੱਛਾ। ਤਾਂ ਜਿਸ ਤਰ੍ਹਾਂ ਅੱਜ ਦੇ ਜਿਹੜੇ ਕੁਛ ਨੌਜਵਾਨ ਨੇ ਉਹ ਪ੍ਰੋਟੀਨ ਲੈਂਦੇ ਨੇ ਜਾਂ ਹੋਰ ਬੜੇ ਸਪਲੀਮੈਂਟ ਲੈਂਦੇ ਨੇ, ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ? ਉਹਨਾਂ ਬਾਰੇ ਮੈਂ ਕਹਿਣਾ ਚਾਹੂੰਗਾ ਜੀ, ਕਈਆਂ ਦਾ ਪ੍ਰੋਟੀਨ ਹੁੰਦਾ ਵੀ ਕਈ ਰੋਟੀ ਸਬਜ਼ੀ ਖਾ ਕੇ ਪੂਰਾ ਕਰ ਦਿੰਦੇ ਆ, ਪਰ ਕਈ ਵੀ ਮੇਰੇ ਵੇਗੇ ਜਿਹੜੇ ਸਬਜ਼ੀ ਘੱਟ ਖਾਂਦੇ ਆ, ਅਤੇ ਉਹਨਾਂ ਲਈ ਪ੍ਰੋਟੀਨ ਠੀਕ ਆ। ਪ੍ਰੋਟੀਨ ਵੀ ਦੁੱਧ ਦਾ ਇੱਕ ਪਾਰਟ ਹੁੰਦਾ ਹੈ, ਜਿੰਨਾ ਪ੍ਰੋਟੀਨ ਸਾਨੂੰ ਚਾਹੀਦਾ ਨਾ, ਉਨਾ ਲੀਟਰ ਆਪਾਂ ਦੁੱਧ ਨਹੀਂ ਪਚਾ ਸਕਦੇ, ਨਾ ਕਿਸੇ ਕੋਲ ਪੀਤਾ ਜਾਂਦਾ, ਤਾਂ ਪ੍ਰੋਟੀਨ ਲੈਂਦੇ ਆ ਕਿ ਥੋੜ੍ਹੇ ਜਿਹੇ ਪਾਊਡਰ ਨੂੰ ਦੁੱਧ 'ਚ ਪਾ ਕੇ ਨਾ, ਕਈ ਲੀਟਰ ਦੁੱਧ ਜਾਂ ਪ੍ਰੋਟੀਨ ਸਾਨੂੰ ਮਿਲ ਜਾਂਦਾ ਹੈ। ਹਾਂਜੀ। ਨੋਨ ਵੈਜ ਵੀ ਖਾ ਲੈਂਦੇ ਤੁਸੀਂ? ਹਾਂਜੀ, ਨੋਨ ਵੈਜ ਚਿਕਨ ਖਾ ਲੈਂਦਾ ਮੈਂ। ਅੱਛਾ। ਹਾਂਜੀ। ਮਤਲਬ ਫਿਸ਼, ਚਿਕਨ, ਮਟਨ? ਹਾਂਜੀ, ਖਾ ਲੈਂਦਾ ਮੈਂ। ਹਾਂਜੀ। ਉਹ ਫਿਰ ਕਿਸ ਤਰ੍ਹਾਂ ਜਿਮ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਬਾਕੀ ਡਾਈਟ ਬਾਰੇ ਦੱਸਿਆ, ਤਾਂ ਫਿਰ ਨੋਨ ਵੈਜ ਵੀਕ ਦੇ ਵਿੱਚ ਕਿੰਨੀ ਵਾਰੀ ਲੈਂਦੇ ਹੋ? ਨੋਨ ਵੈਜ ਮਹੀਨੇ ਵਿੱਚ ਇੱਕ ਵਾਰ ਲੈ ਲੈਂਦਾ ਹੁੰਦਾ ਮੈਂ। ਅੱਛਾ। ਹਾਂਜੀ, ਜਦੋਂ ਮੇਰੇ ਦਾਦੀ ਜੀ ਦਾ, ਮੇਰੇ ਪਾਪਾ ਦੀ ਮਰਜ਼ੀ ਹੋਵੇ ਉਦੋਂ ਮੈਂ ਲੈ ਲੈਂਦਾ ਹੁੰਦਾ ਕਦੇ ਕਦੇ। ਬਸ ਨੌਜਵਾਨਾਂ ਨੂੰ ਇੱਕ ਮੈਸੇਜ ਦੇ ਦਿਓ, ਉਹਨਾਂ ਨੂੰ ਮੇਰੇ ਕੋਲ ਕਹਿਣਾ ਚਾਹੂੰਗਾ, ਘਰੇ ਬਹਿ ਕੇ ਇੰਸਟਾਗ੍ਰਾਮ ਫੋਨ 'ਤੇ ਟਾਈਮ ਵੇਸਟ ਕਰਨ ਤੋਂ ਚੰਗਾ ਆਪਣਾ ਕਰੀਅਰ ਬਣਾਉਣ ਵੱਲ ਧਿਆਨ ਦਿਓ, ਅਤੇ ਬਾਹਰ ਬੂਹਰ ਜਾਣ 'ਤੇ ਪੈਸਾ ਬਰਬਾਦ ਕਰਨ ਤੋਂ ਚੰਗਾ ਇੱਥੇ ਮਿਹਨਤ ਕਰੋ, ਇੱਥੇ ਤੁਹਾਨੂੰ ਜੋ ਕੁਝ ਮਿਲਣਾ ਤੁਹਾਨੂੰ ਬਾਹਰ ਜਾ ਕੇ ਨਹੀਂ ਮਿਲਣਾ। ਮੈਂ ਪੰਜਾਬ ਨੇ ਸਭ ਤੋਂ ਜ਼ਿਆਦਾ ਲੋੜ ਹੀ ਨੌਜਵਾਨਾਂ ਦੀ, ਸਾਰੇ ਬਾਹਰ ਤੁਰੀ ਜਾਂਦੇ, ਇੱਥੇ ਰਹਿਣਾ ਕਿੰਨੇ ਬੁੱਢਿਆਂ ਨੇ। ਪਲੱਸ ਟੂ ਜਿਹੜਾ ਵੀ ਕਰਦਾ ਬਾਅਦ 'ਚ ਕਹਿੰਦਾ ਜੀ ਮੈਂ ਆਇਲਸ ਕਰਾਂ ਅਤੇ ਮੈਂ ਚੜ੍ਹ ਜਾ ਜੱਜ, ਭਾਵੇਂ ਕਿਸੇ ਦੇ ਇੱਥੇ 10-15 ਕਿੱਲੇ ਹੋਵੇ, ਉਹਨੇ ਤਾਂ ਵੀ ਕਹਿਣਾ ਵੀ ਮੈਂ ਇੱਥੇ ਰਹਿਣਾ ਹੀ ਨਹੀਂ, ਮੈਂ ਬਾਹਰ ਜਾਣਾ। ਪੰਜਾਬ ਜਾ ਕਿੱਲਿਆਂ ਵਾਲੇ ਵੀ ਜਾਣਦੇ? ਹਾਂਜੀ, ਜਿਹਨੇ ਕਦੀ ਭਾਰਤ ਪੂਰਾ ਘੁੰਮ ਕੇ ਨਹੀਂ ਦੇਖਿਆ, ਉਹ ਬੰਦੇ ਅੱਗੇ ਜਾ ਕੇ ਕਹਿੰਦੇ ਬਾਹਰ ਤਾਂ ਬੜਾ ਦੂੰਗਾ, ਬਾਹਰ ਤਾਂ ਵੱਖਰੀ ਦੁਨੀਆ। ਇਵੇਂ ਗੱਲਾਂ ਚੰਗੀਆਂ ਜੀ ਨਹੀਂ ਲੱਗਦੀਆਂ, ਆਪਣੇ ਭਾਰਤ 'ਚ ਵੀ ਕਈ ਜਗ੍ਹਾ ਇਹੋ ਜਿਹੀਆਂ ਬਾਹਰ, ਜਿੱਥੇ ਬਾਹਰੋਂ ਲੋਕ ਘੁੰਮਣ ਆਉਂਦੇ ਆ, ਸਾਡੇ ਦੇਸ਼ ਦੇ ਲੋਕ
ਪੰਜਾਬ ਉੱਥੇ ਕਿਉਂ ਨੀ ਜਾਂਦੇ, ਇੱਥੇ ਕਈ ਕੁਝ ਹੋ ਸਕਦਾ। ਹਾਂਜੀ ਠੀਕ ਹੈ ਜੀ, ਧੰਨਵਾਦ। ਓਕੇ, ਸੋ ਸਾਡੇ ਨਾਲ ਉਸ ਵੀਰ ਦੇ ਪਿਤਾ ਜੀ ਵੀ ਮੌਜੂਦ ਆ, ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਕੀ ਨਾਮ ਹੈ ਤੁਹਾਡਾ? ਗੁਰਵੰਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ, ਬੇਟੇ ਨੂੰ ਤੁਰਨ 'ਚ ਮੁਸ਼ਕਲ ਜ਼ਰੂਰ ਹੈ, ਬੋਲਣ 'ਚ ਵੀ ਮੁਸ਼ਕਲ ਆ, ਪਰ ਹੌਂਸਲੇ ਨੂੰ ਸਲਿਊਟ ਕਰਨ ਵਾਲੀ ਗੱਲ ਆ। ਹਾਂਜੀ ਭਾਜੀ, ਇਹ ਕੁਦਰਤ ਵੱਲੋਂ ਹੈ, ਪਿੱਛੋਂ ਥੋੜ੍ਹਾ ਜਿਹਾ ਛੋਟਾ ਬਚਪਨ ਤੋਂ ਹੀ ਨਾ ਇਹ ਥੋੜ੍ਹਾ ਜਿਹਾ ਇਹ ਪੱਬਾਂ 'ਤੇ ਤੁਰ ਜਾਂਦਾ ਸੀ, ਅਤੇ ਬਾਅਦ 'ਚ ਹੀ ਇਹਦਾ ਬਹੁਤ ਇਲਾਜ ਕਰਾਇਆ। ਇਹਦਾ 4-5 ਸਾਲ ਡੇਲੀ ਜਾਂਦੇ ਰਹੇ ਹਾਂ ਅੰਮ੍ਰਿਤਸਰ ਅਸੀਂ ਸ਼ਹੀਦਾਂ ਸਾਹਿਬ ਦੇ ਲਾਗੇ, ਡਾਕਟਰ ਬਾਬਾ ਫਿਰ ਇਲਾਜ ਕਰਾਇਆ ਇਹਦਾ, ਉੱਥੋਂ ਮਹਾਰਾਜ ਦੀ ਕਿਰਪਾ ਨਾਲ ਇਹਨੂੰ ਫਰਕ ਪਿਆ ਜੀ ਉੱਥੋਂ। ਅਤੇ ਇਹਦਾ ਇਹ ਖਲੋਂਦਾ ਨਹੀਂ ਹੁੰਦਾ, ਫਿਰ ਇਹਨੂੰ ਮੈਂ ਨਾ ਘਰ ਪਤਾ ਕੀ ਕਰਨਾ, ਮੈਂ ਇਹਨੂੰ ਵਾਂਸ ਲਾ ਕੇ ਨਾ 2 ਕੁਰਸੀ 'ਤੇ ਰੱਖ ਕੇ, ਅਤੇ ਮੈਂ ਬਹਿ ਜਾਣਾ ਅਤੇ 2 ਵਾਂਸ ਉੱਧਰ ਰੱਖ ਦੇਣੇ, ਅਤੇ ਮੈਂ ਵਾਂਸ ਰੱਖ ਕੇ ਅਤੇ ਇਹਨੂੰ ਮੈਂ ਕਹਿੰਦਾ ਰਾਜ ਵੀ ਮੈਂ ਪੁੱਤ ਹੌਲੀ ਹੌਲੀ ਤੁਰ ਗਿਆ, ਇਹ ਹੌਲੀ ਹੌਲੀ ਤੁਰ ਕੇ ਆਉਂਦਾ ਹੁੰਦਾ ਵਿੱਚੋਂ ਡੇਪਣਾ, ਫਿਰ ਮੈਂ ਵਾਂਸ ਲਾ ਅਤੇ ਮੈਂ ਵਾਂਸਾਂ ਦੇ ਨਾਲ ਹੌਲੀ ਹੌਲੀ ਤੁਰ ਗਿਆ, ਜਾਂ ਮੈਂ ਸੋਫੇ 'ਤੇ ਬਹਿ ਜਾਣਾ ਕੰਧ ਨਾਲ ਮੈਂ ਆਪਣੇ ਪੈਰ ਲਾ ਲੈਣੇ, ਹੌਲੀ ਹੌਲੀ ਤੋਰਨਾ, ਬੜੀ ਇਹਦੀ ਪ੍ਰੈਕਟਿਸ ਕਰਾ ਕਰਕੇ ਵਾਹਿਗੁਰੂ ਦੀ ਕਿਰਪਾ, ਫਿਰ ਇਹਨੂੰ ਹੌਲੀ ਹੌਲੀ ਤੋਰਨ ਦੀ ਜਾਂਚ ਸਿਖਾਈ। ਪੱਬ 'ਤੇ ਚਲੋ ਉਹਨਾਂ ਨੇ ਡਾਕਟਰ ਸਾਹਿਬ ਨੇ ਲਾ ਤੇ ਇਹਦੇ, ਵੀ ਪੱਬਾਂ 'ਤੇ ਤੁਰਦਾ ਫਿਰ ਅੱਡੀਆਂ ਲਾਉਣ ਲੱਗ ਪਿਆ, ਫਿਰ ਹੌਲੀ ਹੌਲੀ ਜਿਹੜਾ ਥੋੜ੍ਹਾ ਜਿਹਾ ਸਰਕਲ ਬਣਦਾ ਗਿਆ ਬਣਦਾ ਗਿਆ, ਮਹਾਰਾਜ ਦੀ ਕਿਰਪਾ, ਫਿਰ ਤੁਰਨ ਲੱਗ ਪਿਆ ਹੀ ਹੌਲੀ ਹੌਲੀ। ਭਾਅ ਜੀ, ਇਹ ਮੁਸ਼ਕਿਲ ਬਚਪਨ ਤੋਂ ਸੀ? ਹਾਂਜੀ, ਇਹ ਬਚਪਨ ਤੋਂ ਸੀ। ਅਤੇ ਭਾਅ ਜੀ, ਸਵੇਰੇ ਜਿਸ ਤਰ੍ਹਾਂ ਜਿਮ ਜਾਂਦਾ ਹੈ ਨਾ, ਹਾਂਜੀ ਹਾਂਜੀ, ਤਾਂ ਸ਼ੁਰੂਆਤ ਜਦੋਂ ਇਹਨੇ ਤੁਹਾਨੂੰ ਕਿਹਾ ਕਿ ਪਾਪਾ ਮੈਂ ਜਿਮ ਜਾਣਾ ਚਾਹੁੰਦਾ, ਤਾਂ ਕੀ ਤੁਹਾਡੇ ਜ਼ਿਹਨ 'ਚ ਕੀ ਹੈ ਕਿ ਜਿਮ ਭੇਜ ਦੇਣਾ ਚਾਹੀਦਾ? ਇਹਦਾ ਨਾ ਸਰ ਇਹ ਇੱਥੇ ਨਾ ਆਪਣਾ ਆਉਂਦਾ ਨਾ, ਮੈਨੂੰ ਰੱਸਾ ਲਮਕਾ ਦਿਉ, ਮੈਂ ਰੱਸੇ ਨਾਲ ਲਮਕਣਾ ਵਾਂ, ਮੇਰੀ ਹਾਈਟ ਛੋਟੀ ਆ। ਮੈਂ ਇਹਨੂੰ ਆਖਿਆ ਵੀ ਤੇਰੀ ਹਾਈਟ ਤਾਂ ਬਹੁਤ ਵੱਡੀ ਆ, ਤੂੰ ਕੀ ਕਰਨੀ, ਇਹਦੀ ਹਾਈਟ ਨਹੀਂ, ਮੇਰੀ ਛੋਟੀ ਆ। ਮੈਂ ਰੱਸਾ ਲਿਆ ਕੇ ਦਿੱਤਾ ਇਹਨੂੰ ਲਮਕਣਾ, ਇਹਨੇ ਡੰਡਾ ਬੰਨ੍ਹ ਕੇ ਦੇਣਾ, ਫਿਰ ਕਹਿੰਦਾ ਨਹੀਂ ਮੈਨੂੰ ਦੂਜਾ ਲਿਆ ਕਰੋ, ਰਾੜ ਦੋ ਇਹਦੀ, ਉਹ ਦਿੱਤੀ, ਉਹਦੇ ਨਾਲ ਲਮਕਦਾ ਰਿਹਾ, ਇਹਨੇ ਇੱਧਰ ਲਮਕ ਉੱਧਰ ਲਮਕ, ਵਰਜਿਸ਼ ਕਰਦਾ ਹੀ ਰਿਹਾ ਸੀ ਆਪਣੀ। ਬਾਅਦ 'ਚ ਆਪਾਂ ਇਹਨੂੰ ਆਖਿਆ ਵੀ ਤੂੰ ਚੱਲ ਚੱਲ ਨੂੰ ਜਿੰਮ ਕਰ ਦਿੰਦੇ ਹਾਂ, ਇਹਨੇ ਨਹੀਂ ਨਾ ਕੀਤੀ, ਕਹਿੰਦਾ ਮੈਨੂੰ ਛੱਡੋ ਉੱਥੇ ਕਰ ਦਿਉ, ਅਤੇ ਜਾਂਦਾ ਰਿਹਾ ਵਾ। ਚਲੋ ਪਹਿਲੇ ਦਿਨ ਇਹ ਜਾਂਦਾ ਜੂੰਦਾ ਰਿਹਾ, ਚੁੱਕ ਮਾੜੀ ਮੋਟੀ ਕੀਤੀ ਇਹਨੇ, ਬਾਅਦ 'ਚ ਪ੍ਰੈਕਟਿਸ ਹੋ ਗਈ ਇਹਦੀ ਥੋੜ੍ਹੀ ਜਿਹੀ, ਪੁੱਤੀ ਇਹਦੇ ਵਾਕ ਵੀ ਹੋ ਗਈ, ਪਿਆਰ ਪੈ ਗਿਆ, ਇੱਕ ਇਹ ਲਗਾ ਇਹਦਾ, ਇਹਦਾ ਪ੍ਰੇਮ ਬੜਾ ਜਿਹਾ ਹਰਕਣਾ ਪੈ ਜਾਂਦਾ ਗਾ, ਇਹਦਾ ਪ੍ਰੇਮ ਪੈ ਗਿਆ ਜੀ ਉੱਥੇ ਜਾਂਦੇ। ਚਲੋ ਜਿਹੜਾ ਥੋੜ੍ਹਾ ਜਿਹਾ ਬੱਚਾ ਇਸ ਤਰ੍ਹਾਂ ਦਾ ਹੁੰਦਾ, ਉਹਨੂੰ ਹਰ ਇੱਕ ਲਗਾ ਕਰਦਾ, ਉਹਨੂੰ ਸਾਰੇ ਜ਼ਿਆਦਾ ਦੂਜਿਆਂ ਨੂੰ ਛੱਡ ਕੇ ਇਹੋ ਜਿਹੇ ਇਹ ਬੱਚੇ ਵੱਲ ਜ਼ਿਆਦਾ ਵਹਿੰਦੇ ਆ, ਫਿਰ ਉਹਦੇ 'ਤੇ ਤਰਸ ਵੀ ਹਰ ਇੱਕ ਨੂੰ ਹੁੰਦਾ ਵਾ ਵੀ ਇਹ ਬੱਚਾ ਕਿਸ ਤਰ੍ਹਾਂ ਦਾ, ਇਹਦੀ ਹੈਲਪ ਬੜੀ ਕਰਦੇ ਆ, ਫਿਰ ਇਹਦੀ ਬਹੁਤ ਜ਼ਿਆਦਾ ਹੈਲਪ ਕਰਦੇ, ਮੈਂ ਇਹਨਾਂ ਦੇ ਸੱਜਣ ਮਿੱਤਰ ਹੀ ਬੜੇ ਉੱਥੇ। ਇੱਕ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਜਿਹਨੂੰ ਵੀ ਮਿਲਦਾ ਆ ਖੜੇ ਮੱਥੇ ਮਿਲਦਾ, ਬਹੁਤ ਵਧੀਆ ਤਰੀਕੇ ਨਾਲ ਮਿਲਦਾ ਆ। ਹਾਂਜੀ, ਖੁਸ਼ ਦਿਲ ਆ ਜੀ ਕਾਕਾ ਸਾਡਾ, ਇਹ ਮਹਾਰਾਜ ਦੀ ਕਿਰਪਾ ਨਾਲ, ਪਰ ਇਹ ਆ ਵੀ ਇਹਦੀ 'ਚ ਮਿਹਨਤ ਬੜੀ ਕਰਦਾ, ਸਵੇਰੇ ਤੜਕੇ ਉੱਠ ਕੇ ਅਤੇ ਇਸ਼ਨਾਨ ਪਾਣੀ ਕਰਕੇ, ਮਹੀਂ ਗੀਜਰ ਨਹੀਂ ਲਾਇਆ ਇਹਨੇ, ਮੋਟਰ ਛੱਡ ਕੇ ਨਾ ਬੀਜ ਨੇ ਇਹਨੂੰ ਟੱਪ ਭਰ ਦੇਣਾ, ਇਹਨੇ ਬੁਰਸ਼ ਕਰਕੇ ਲੌਂਗ ਕੋਟ ਪਾ ਕੇ ਸਵੇਰੇ ਆ ਜਿਹੜਾ, ਮੈਂ ਪਜਾਮਾ ਪਾ ਲਾ, ਕੋਈ ਟੀ ਸ਼ਰਟ ਪਾਉਣਾ, ਇਹਨੇ ਕੋਟ ਪਾ ਕੇ ਆਣ ਕੇ ਬੁਰਸ਼ ਕਰਕੇ ਇਹਨਾਂ ਬੀਜੀ ਮੋਟਰ ਲਾ ਦਿਉ, ਮੈਂ ਲੰਮੇ ਪਿਆ ਹੁੰਦਾ ਵਾਂ, ਅਤੇ ਇਹ ਬੀਜ ਨੇ ਮੋਟਰ ਲਾ ਕੇ ਦੇਣੀ, ਇਹਨੇ ਇਸ਼ਨਾਨ ਪਾਣੀ ਕਰਨਾ, ਬੁਰਸ਼ ਬਰਸ਼ ਕਰਕੇ ਜਾ ਕੇ ਇਹਨੇ ਦੁੱਧ ਦੱਧ ਆਪਣਾ ਜੋ ਵੀ ਖਾਣਾ ਪੀਣਾ ਖਾ ਪੀ ਕੇ, ਅਤੇ ਬਾਅਦ 'ਚ ਇਹਨੇ ਆਪਣਾ ਲੈਪਟੋਪ ਵੇਖਣ ਡਹਿ ਬਣਾ। ਅਤੇ ਜੀ ਇਹ ਵੀ ਸਿੱਧੂ ਮੂਸੇ ਵਾਲੇ ਦਾ ਬੜਾ ਫੈਨ ਜੀ, ਸ਼ੁਰੂ ਥੋੜ੍ਹਾ ਜਿਹਾ ਜੀ ਇਹਦੇ, ਹੁਣ ਚਲੋ ਜਵਾਨ ਹੋ ਗਿਆ ਨਾ, ਸ਼ੁਰੂ ਤੋਂ ਹੀ ਇਹ ਸਿੱਧੂ ਮੂਸੇ ਵਾਲੇ ਦਾ, ਜਦੋਂ ਜੀਂਦਾ ਸਿੱਧੂ ਮੂਸੇ ਵਾਲੇ ਦਾ ਬੜਾ ਫੈਨ, ਹਰ ਇੱਕ ਗਾਣਾ ਜੀ ਕਿਤੇ ਉਹਦਾ ਗਾਣਾ ਕਦੇ ਰਿਕਾਰਡ ਉਹਨਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗ ਜਾਂਦਾ, ਪਤਾ ਨਹੀਂ ਕਿੱਥੋਂ ਵੜ ਦਿੰਦਾ ਹੋਵੇ ਤਾਂ 9 ਤਰੀਕ ਨੂੰ ਗਾਣਾ ਉਹਨਾਂ ਸਾ। ਇਹ ਬਹੁਤ ਜ਼ਿਆਦਾ ਉਹਦਾ ਫੈਨ ਆ, ਬੜਾ ਪ੍ਰੇਮ ਕਰਦਾ ਉਹਦੇ ਨਾਲ, ਅਤੇ ਬੜਾ ਉਹਦੇ ਨਾਲ ਵੀ ਲਗਾ ਇਹਦਾ। ਅਤੇ ਇਹ ਸਵੇਰੇ ਉਹਨੇ ਲੈਪਟੋਪ ਆਪਣਾ ਵੇਖਣਾ ਵਾ, ਇਹ ਕੋਈ ਗਲਤ ਚੀਜ਼ਾਂ ਨਹੀਂ ਵੇਖਦਾ, ਇਹਨੇ ਲੈਪਟੋਪ ਵੇਖਣਾ, ਆਪਣਾ ਫੋਨ ਵੇਖਣਾ ਵਾ,
ਪਰ ਇਹ ਇਹ ਚੀਜ਼ ਵਹਿੰਦਾ ਵੀ ਕਮਾਈ ਕਿਹੜੀ ਚੀਜ਼ ਹੈ ਅਤੇ ਕਿਹੜਾ ਕੰਮ ਕਰਨਾ ਚਾਹੀਦਾ। ਭਾਅ ਜੀ ਪੜ੍ਹਾਈ ਦੇ ਵਿੱਚ ਬਚਪਨ ਤੋਂ ਹੀ ਵਧੀਆ ਸੀ ਇਹ? ਹਾਂਜੀ, ਪੜ੍ਹਾਈ ਦੇ ਵਿੱਚ ਸਿਰਫ ਪਤਾ ਗੱਲ ਕੀ ਦਾ ਨਾ, ਥੋੜ੍ਹਾ ਜਿਹਾ ਨਾ ਹੱਥ ਪੈਰਾਂ ਦੇ ਨਾ ਰਾਈਟਿੰਗ ਦੇ ਵਿੱਚ ਥੋੜ੍ਹਾ ਜਿਹਾ ਫਰਕ ਸੀ, ਪਰ ਇਹਨੂੰ ਜਿੰਮ ਦੇ ਇਕੱਲਿਆ ਅਤੇ ਉਹ ਤੋਂ ਨਾਲ ਹੀ ਇਹਨੂੰ ਸਾਨੂੰ ਪਤਾ ਲੱਗਿਆ ਉਹ ਤਾਂ ਸੈਂਟਰ ਆ। ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹ ਕਹਿੰਦੇ ਵੀ ਚਲੋ ਛੱਡ ਜਾ ਕਰੋ ਬੱਚੇ ਨੂੰ, ਕੋਈ ਗੱਲ ਨਹੀਂ। ਉੱਥੇ ਪ੍ਰੈਕਟਿਸ ਕੀਤੀ ਆ, ਹੁਣ ਉਹ ਵੀ ਮੰਨਦੇ ਇਹਨੂੰ, ਉਹ ਕਹਿੰਦੇ ਠੀਕ ਹੈ ਬੱਚਾ। ਮੈਂ ਪਿੱਛੇ ਜੀ ਮੈਂ ਬੀਜੀ ਆਉਂਦੀ ਵੀ ਚਲੋ ਹੁਣ ਰਾਜਵੀ ਪਤ ਬਸ ਕਰੀਏ, ਹੁਣ ਛੱਡ ਦਿਓ, ਦੋ ਚਾਰ ਸਾਲ ਵਾਲੇ ਆ। ਇਹਨੇ ਜਾ ਕੇ ਮੈਡਮ ਨੂੰ ਆਉਂਦਾ ਵੀ ਮੇਰੇ ਬੀਜੀ ਅਤੇ ਪਾਪਾ ਪਲੈਨਿੰਗ ਬਣਾਉਣ ਡਏ ਆ ਮੈਨੂੰ ਹਟਾਉਣ ਦੀ, ਅਤੇ ਮੈਡਮ ਤੁਸੀਂ ਗੱਲ ਕਰੋ। ਮੈਡਮ ਨੇ ਮੈਨੂੰ ਸੱਦਿਆ ਉੱਥੇ ਅਤੇ ਮੈਂ ਮੈਡਮ ਨੂੰ ਜਾ ਕੇ ਮਿਲਿਆ, ਅਤੇ ਮੈਡਮ ਆਉਂਦੀ ਵੀ ਤੁਸੀਂ ਰਾਜਵੀਰ ਨੂੰ ਕਿਹੜੀ ਗੱਲ ਹਟਾਉਣ ਡਏ ਹੋ? ਮੈਡਮ ਮੈਨੂੰ ਛੱਡਣ ਆਉਣ ਦੀ ਦਿੱਕਤ ਰਹਿੰਦੀ, ਮੈਂ ਪਿੰਡ ਵੀ ਜਾਣਾ ਹੁੰਦਾ, ਹੋਰ ਵੀ ਬੜੇ ਕੰਮ ਧੰਦੇ ਆ। ਆਉਂਦੀ ਵੀ ਨਹੀਂ, ਹੁਣ ਬੱਚਾ ਤੁਹਾਡਾ ਬਹੁਤ ਅੱਗੇ ਜਾ ਰਿਹਾ ਅਤੇ ਤੁਸੀਂ ਇਹਨੂੰ ਨਾ ਕੁਛ ਵੀ ਕਰੋ, ਇਹਨੂੰ ਪੜ੍ਹਨ ਦਿਓ। ਅਤੇ ਮੈਂ ਚਲੋ ਠੀਕ ਹੈ ਮੈਡਮ ਜੀ, ਮੈਂ ਵੀ ਨਹੀਂ ਇਹਨੂੰ ਪਹਿਲਾਂ ਪੁੱਛ ਲਓ, ਮੈਂ ਵੀ ਸਾਨੂੰ ਇਹ ਪਤਾ ਲੱਗੇ ਵੀ ਇਹਨੂੰ ਕੋਈ ਆਉਂਦਾ ਵੀ ਕਿ ਨਹੀਂ। ਉਹਨੇ ਕੁਸ਼ਚਨ ਪੁੱਛੀ ਇੰਗਲਿਸ਼ ਦੇ ਵਿੱਚ ਅਤੇ ਮਿੰਟੋ ਮਿੰਟੀ ਦੱਸ ਗਿਆ, ਮਨ ਨੂੰ ਠੰਡ ਪੈ ਗਈ, ਬੜਾ ਵਧੀਆ ਲੱਗਿਆ। ਮੈਂ ਨਜ਼ਾਰੇ ਬੱਜ ਗਏ ਅਤੇ ਮੈਂ ਬਹੁਤ ਵਧੀਆ ਬਣ ਗਿਆ। ਮੈਂ ਚਲੋ ਮੈਡਮ ਠੀਕ ਹੈ, ਜੇ ਪੜ੍ਹਨ ਦਿਆ ਤਾਂ ਫਿਰ ਰੱਖੀ ਰੱਖੋ, ਮੈਂ ਪੜ੍ਹਾਈ ਜਾਊ ਫਿਰ ਇਹਨੂੰ। ਬੜੀ ਕਰਦੇ ਹੋ ਜੀ, ਬੜੀ ਸਿਫਤ ਕਰਦੇ ਤੇ ਵੇਖਦਾ ਇਹਦਾ ਬਰਥਡੇ ਜਨਮ ਦਿਨ ਨਾ ਜਨਮ ਜੀ, ਇਹਨੇ ਆਪ ਇੱਥੋਂ ਪੈਸੇ ਲੈ ਜਾਂਦਾ, ਕਹਿੰਦਾ ਮੈਂ ਆਪਣੀ ਪਾਰਟੀ ਕਰਨੀ ਹੈ, ਐਰਕਾ ਵੀ ਗਿਆ, ਇਹਨੇ ਪਾਰਟੀ ਪੈਸੇ ਲੈ ਜਾਂਦਾ ਵਾ, ਪਰ ਇਹਨੇ ਕੁਛ ਨਹੀਂ ਖਾਣਾ, ਖਵਾਉਣਾ ਇਹਨੇ ਸਾਰੇ ਉੱਥੇ ਜਿੰਨੇ ਜਿੰਨੇ ਉੱਥੇ ਕੋਈ ਚੀਜ਼ ਮੰਗਣੀ ਇਹਨੇ ਆਰਡਰ ਦੇ ਦੇਣੇ ਆ ਅਤੇ ਉਹ ਆ ਜਾਣਾ ਸਾਰਾ ਕੁਛ, ਅਤੇ ਆਪ ਨਹੀਂ ਕੁਛ ਵੀ ਖਾਂਦਾ। ਜੇ ਉਹਨਾਂ ਨੇ ਪਾਰਟੀ ਵੀ ਕਰਨੀ ਨਾ ਉੱਥੇ, ਇਹਨੇ ਜਾਣਾ ਬਣ ਥਣ ਕੇ ਲੀੜੇ ਪਾ ਕੇ ਸੋਹਣੀ ਪੱਗ ਬੰਨ ਕੇ ਜਾਂਦਾ ਵਾ, ਪਰ ਇਹ ਇਹ ਖਾਂਦਾ ਨਹੀਂ ਆ। ਅੱਛਾ ਜੀ, ਇਹਦਾ ਕੀ ਕਾਰਨ ਭਾਅ ਜੀ? ਇਹ ਤਾਂ ਨਹੀਂ ਖਾਂਦਾ, ਨਹੀਂ ਖਾਂਦਾ ਹੈਗਾ ਵਾ, ਪਰ ਪਤਾ ਨਹੀਂ ਇਹ ਸੰਗ ਦਾ ਜਾਂ ਇਹਦੇ ਮਨ 'ਚ ਕੀ ਗੱਲ ਬਾਤ। ਇਹ ਉਹਨਾਂ ਨਾਲ ਇੰਜੋਏ ਜ਼ਰੂਰ ਕਰਦਾ ਵਾ, ਪਰ ਸਕਦਾ ਸਕੂੰਦਾ ਘੱਟ ਹੀ ਹੈ। ਅੱਛਾ ਜੀ, ਹਾਂਜੀ, ਜਾਂ ਇਹ ਹੋ ਸਕਦਾ ਨਾ ਜਿਸ ਤਰ੍ਹਾਂ ਬੇਟੇ ਨੇ ਦੱਸਿਆ ਸੀ ਕਿ ਮੈਂ ਸਵੇਰੇ ਪਨੀਰ ਨਾਲ ਰੋਟੀ ਖਾਂਦਾ ਆ, ਆਪਣੀ ਚੋਇਸ ਦੀਆਂ ਚੀਜ਼ਾਂ ਖਾਂਦਾ, ਨਾਲੇ ਉਹਨੇ ਇਹ ਵੀ ਕਿਹਾ ਸੀ ਕਿ ਪਨੀਰ ਮੈਂ ਘਰ ਦਾ ਖਾਂਦਾ। ਹਾਂਜੀ, ਇਹ ਹੋ ਸਕਦਾ ਬਾਹਰ ਦੀਆਂ ਚੀਜ਼ਾਂ ਕਈ ਬੱਚੇ ਜਿਹੜੇ ਅਵੋਇਡ ਕਰਦੇ ਆ। ਇਹ ਨਹੀਂ ਭਾਅ ਜੀ, ਗੱਲ ਹੈਗੀ ਇਹਦਾ, ਇਹ ਜਿਹੜਾ ਬੱਚਾ ਨਾ ਸਾਡਾ, ਇਹ ਸਿਆਣਾ, ਬਹੁਤ ਜ਼ਿਆਦਾ ਸਿਆਣਾ ਵਾ। ਅੱਛਾ, ਇਹ ਬੜਾ ਸਮਝਦਾਰ ਵਾ, ਇਹ ਆਪਣੀ ਹਰ ਕੰਮ ਨਾ, ਅਸੀਂ ਨਹੀਂ ਉਡੇ ਸਿਆਣੇ ਹੈਗੇ, ਇਹ ਹਰ ਕੰਮ ਇਹ ਆਪਣੀ ਸੋਚ ਅਤੇ ਆਪਣੀ ਇਹ ਸਮਝ ਨਾ ਕਰਦਾ। ਜੇ ਇਹ ਮੰਗਾ ਲਿਆ ਨਾ ਖਾਣ ਪੀਣ ਦੇ ਵਾਸਤੇ, ਇਹਨੇ ਨਹੀਂ ਖਾਣਾ ਛੇਤੀ ਕੀਤਾ, ਇਹਨੇ ਕੁਛ ਨਹੀਂ ਖਾਣਾ, ਉਹਨਾਂ ਨੂੰ ਸਾਰੇ ਇਹਨਾਂ ਨੇ ਖਵਾਉਣਾ ਪਿਆਉਣਾ ਵਾ, ਜੇ ਮਨ ਕੀਤਾ ਅਤੇ ਖਾ ਲਿਆ, ਨਹੀਂ ਤਾਂ ਨਹੀਂ ਖਾਣਾ, ਨਹੀਂ ਖਾਣਾ। ਧੰਨਵਾਦ ਭਾਅ ਜੀ। ਸੋ ਇਹ ਸਨ ਸਾਡੇ ਨਾਲ ਉਹ ਸਵੀਰ ਦੇ ਪਿਤਾ ਜੀ। ਜੇ ਸਵੀਰ ਵੱਲੋਂ ਸਵੇਰੇ ਉੱਠ ਕੇ ਜਿੰਮ ਹੀ ਕੀਤਾ ਜਾਂਦਾ ਆ, ਆਪਣੀਆਂ ਇੰਗਲਿਸ਼ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ, ਔਰ ਜੋ ਹੋਰ ਵੀ ਰੋਜ਼ਾਨਾ ਦੇ ਕੰਮ ਹੁੰਦੇ ਉਹ ਕੀਤੇ ਜਾਂਦੇ ਨੇ। ਸੋ ਤੁਸੀਂ ਪੰਜਾਬ ਨਿਊਜ਼ ਦੇ ਨਾਲ ਜੁੜੇ ਹੋਏ ਸੀ, ਅਜਨਾਲਾ ਤੋਂ ਪ੍ਰਦੀਪ ਅਰੋੜਾ।